असी पिंड जसो माजरा दे विच पहुंचिया जिथे एक गरीब परिवार दे विच जिथे पंजाब सरकार कैप्टन अमरिंदर सिंह वादे करती ठकती नहीं हैगी कि असी गरीबां दे मसीहा है उत्थे आ गरीब परिवार आ जिन्हां दे दो गुड्डियां ने तीन गुड्डियां ने ते जिन्हां दे पिता जी कई सालां तों बीमार चलते आ रहे ने ते उन्हां दी माता अपदियां धीआं दा गुजारा कर रही आ अज दे हालात असी पिंड जसो माजरा दे विच जो सानू सामने कराने सर जी तुसीं की कहना चाहोगे मैं कामरेड गुरमीत सिंह पिंड सजू भट्ट सूबा कमेटी मैंबर कुल हिंद किसान सभा अज पिंड जसो माजरा विखे सानू पता लग्या सी कि एक गरीब शड्यूल कास्ट परिवार दा मकान पिछले 2 साल हो गए मीहां दे कारण ढह गया सी ਉਹ 2 साल तो ही ਪਿੰਡ ਦੀ ਧਰਮਸ਼ਾਲਾ ਦੇ ਵਿੱਚ ਰਹਿ ਰਹੇ ਨੇ ਉਹ ਪਰਿਵਾਰ ਦਾ ਮੁਖੀ ਰਾਮ ਸਿੰਘ ਜਿਸ ਦੇ 4 ਬੱਚੇ ਨੇ 3 ਬੇਟੀਆਂ ਤੇ 1 ਬੇਟਾ ਜਿਨ੍ਹਾਂ 'ਚੋਂ 3 ਸਾਡੇ ਕੋਲ ਖੜੇ ਹੈ ਉਹ ਰਾਮ ਸਿੰਘ ਬਿਮਾਰ ਰਹਿ ਰਹੇ ਹੈ ਇਸ ਲਈ ਉਹ ਕੰਮ ਕਰਨ ਦੇ ਸਮਰੱਥ ਹੈ ਨਹੀਂ ਰਾਮ ਸਿੰਘ ਦੇ ਘਰ ਵਾਲੀ ਬੀਬੀ ਹਰਵੰਸ ਕੌਰ ਦਿਹਾੜੀਆਂ ਕਰਕੇ ਕੰਮ ਕਾਰ ਲੋਕਾਂ ਦੇ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ ਪਰ ਸਰਕਾਰ ਵੱਲੋਂ 2 ਸਾਲਾਂ ਤੋਂ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵਾਰ ਵਾਰ ਅਰਜ਼ੀਆਂ ਦੇਣ ਦੇ ਬਾਵਜੂਦ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ ਉਹ ਲਗਾਤਾਰ 2 ਸਾਲ ਤੋਂ ਹੀ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਰਹਿ ਰਹੇ ਹੈ ਆਹ ਉਹਨਾਂ ਦਾ ਘਰ ਜੋ ਬਰਸਾਤਾਂ ਵਿੱਚ ਢਹਿ ਗਿਆ ਸੀ ਉਸ ਦੇ ਵਿੱਚ ਅਸੀਂ ਖੜ੍ਹੇ ਹਾਂ ਅਸੀਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੀ ਤੁਰੰਤ ਸਹਾਇਤਾ ਕੀਤੀ ਜਾਵੇ ਤਾਂ ਜੋ ਆਪਣੇ ਮਕਾਨ ਨੂੰ ਬਣਾ ਕੇ ਉਸ ਦੇ ਵਿੱਚ ਆਪਣਾ ਰਹਿਣ ਬਸੇਰਾ ਬਣਾ ਸਕਣ ਔਰ ਅਸੀਂ ਇਹਨਾਂ ਪਰਿਵਾਰ ਦੇ ਲਈ ਜੇ ਸਰਕਾਰ ਨੇ ਇਸ ਵੱਲ ਹੁਣ ਵੀ ਕੋਈ ਧਿਆਨ ਨਾ ਦਿੱਤਾ ਤਾਂ ਇਸ ਸੰਬੰਧੀ ਕੋਈ ਅਗਲਾ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ 2 ਸਾਲ ਦਾ ਸਮਾਂ ਬਹੁਤ ਲੰਮਾ ਸਮਾਂ ਹੁੰਦਾ ਹੈ ਸਰਕਾਰ ਦੀ ਐਡੀ ਵੱਡੀ ਅਣਗਹਿਲੀ ਕਿ ਅਜਿਹੇ ਪਰਿਵਾਰ ਨੂੰ ਹੁਣ ਤੱਕ ਕੋਈ ਮਦਦ ਨਹੀਂ ਦਿੱਤੀ ਗਈ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਤੁਰੰਤ ਇਹਨਾਂ ਦੀ ਸਹਾਇਤਾ ਕਰੇ ਤਾਂ ਜੋ ਆਪਣਾ ਮਕਾਨ ਉਸਾਰ ਕੇ ਉਸ ਦੇ ਵਿੱਚ ਇਹ ਰਹਿ ਸਕਣ ਸਰ ਨਾਭੇ ਦੇ ਪਤਾ ਲੱਗਿਆ ਜੀ 20 ਲੱਖ ਤੋਂ ਵੱਧ ਪਰਿਵਾਰਾਂ ਨੂੰ ਪੈਸੇ ਦਿੱਤੇ ਗਏ ਨੇ ਮਕਾਨ ਬਣਨ ਵਾਸਤੇ ਅਤੇ ਉਹਦੇ ਬਾਰੇ ਸਾਧੂ ਸਿੰਘ ਧਰਮਸੋਤ ਜੀ ਕਹਿੰਦੇ ਸੀ ਹਰ ਪਿੰਡ ਨੂੰ ਪੈਸੇ ਦਿੱਤੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਡੇ ਬਹੁਤ ਸਾਰੇ ਪਿੰਡਾਂ ਦੇ ਅਸੀਂ ਨਾਂ ਗਿਣਾ ਸਕਦੇ ਹਾਂ ਜਿੱਥੇ ਕੋਈ ਪੈਸਾ ਨਹੀਂ ਮਿਲਿਆ ਜਿਵੇਂ ਜਿੱਥੇ ਅਸੀਂ ਹੁਣ ਖੜ੍ਹੇ ਹਾਂ ਜਸੋ ਮਾਜਰੇ ਵਿੱਚ ਕਿਸੇ ਇੱਕ ਪਰਿਵਾਰ ਨੂੰ ਵੀ ਪੈਸਾ ਨਹੀਂ ਮਿਲਿਆ ਜਿਨ੍ਹਾਂ ਦੇ ਮਕਾਨ ਢਹਿ ਜਾਂਦੇ ਆ ਉਹਨਾਂ ਦਾ ਤੁਰੰਤ ਸਰਕਾਰ ਸਹਾਇਤਾ ਦਿੰਦੀ ਹੈ DC ਕੋਲ ਇਸ ਸੰਬੰਧੀ ਰਾਖਵੇਂ ਫੰਡ ਹੁੰਦੇ ਆ ਜਿਹੜੇ ਸਾਧੂ ਸਿੰਘ ਧਰਮਸੋਤ ਗੱਲ ਕਰਦੇ ਆ ਪੈਸਿਆਂ ਦੀ ਉਹ ਸਿਰਫ ਆਪਣੀ ਪਾਰਟੀ ਦੇ ਬੰਦਿਆਂ ਨੂੰ ਹੀ ਸਿਫਾਰਸੀ ਜਿਹੜੇ ਆ ਪੈਸੇ ਦਵਾਉਂਦੇ ਆ ਉਹ ਕੁਝ ਪਿੰਡਾਂ ਦੇ ਵਿੱਚ ਹੀ ਮਿਲੇ ਆ ਗਿਣਤੀ ਦੇ ਪਿੰਡਾਂ ਦੇ ਵਿੱਚ